श्री नानक अंगद गुरु अमरदास पद बंद रामदास अर्जन गुरु बर श्री हर गोबिंद हर राय हर कृष्ण गुर तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है मानिक भगत वराग श्री गुरु ग्रंथ साहिब उदत बंदों कर अनुराग श्री गुर शब्द कमाए जिन जीते पंच बिकार तिन संतन का बंदना सिर चरणन पर धार एकंकारा सतगुरु ते प्रसाद सच होए वाहे गुरु जी की फतेह बिघन विनाशन सोए वाहे गुरु साहिब जी बिशन पद जल तारा बंद ग्यारवा बहुसायक रिपहायक पटकायक तिन लायक बहुसायक रिपहायक वाहिगुरु जी का खालसा वाहिगुरु जी की फतेह सच्चे पातशाह गुरु गोबिंद सिंह जी महाराज ग्यारवां बंद बैर तवील छंद दा जल धारा राग दे विच बिशन पदा कथन करदे पए ने सो सतगुरु साहब जी इंद्र दे पुत्रां दा ते वीरियानाथ दे पुत्रां दा जंग ये बैर तवील बंदां दे विच कथन करदे आ रहे ने बारां बंद सच्चे पातशाह जी ने ये कहे ने आओ अज ग्यारहवें ते बारहवें बंद की कथा प्यार दे नाल सरवण करो जी बिशन पद जल तारा बंद ग्यारहवा बहुसायक रिपहायक महाराज कलगीधर जी कहिंदे ने बहुते तीर चलदे ने ते रिप वैरियां दे ताई हायक मार मार के सुट्टी जांदे ने पाटकायक सूरमे जंग दे मैदान दे विच सच्चे पातशाह कहिंदे मरदे जांदे ने तिन लायक जिहड़े सूरमे ने ओह तिन घा दे वांग लायक लगदे ने जिद्दां घा हेठां बह जांदा है ना इदां सूरमे जिहदे जंग दे मैदान दे विच आकड़दे पए सन ते जदों उहनां नूं तीर लगे ओह इदां बैठ गए जिदा घा मार दवाई की स्परे करिए घा हेठां बैठ जाता है ना इदा सूरमे मरे हुए लगते ने डिगे हुए घा वांगू दल पायक साहब जी कहते ने जिहड़ियां पैदल फौजां ने दुखदायक वह बहुता दुख नूं देण वालियां ने जंग दे मैदान विच बहुता दुख देंदियां पईआं ने मन भायक मन भौंदे तीर सूरमे जंग दे मैदान विच चलाउंदे पए ने सर शायक इदां सूरमियां दे हथ दे विच सर तीर शायक फब्बदे पए ने मन भाउंदे तीर चलाई जांदे ने
ਸੂਰਮਿਆਂ ਦੇ ਹੱਥਾਂ ਦੇ ਵਿੱਚ ਤੀਰ ਛਬ ਸ਼ਾਇਕ ਮੈਨੇ ਪੱਪ ਦੇ ਪਏ ਨੇ। ਮਨ ਭਾਇਕ ਸਰ ਸ਼ਾਇਕ, ਮਨ ਭਾਉਂਦੇ ਤੀਰ ਚਲਾ ਕੇ ਸਰ ਤੀਰਾਂ ਦੀ ਸੂਰਮੇ ਜੰਗ ਦੇ ਮੈਦਾਨ ਵਿੱਚ ਸ਼ਾਇਕ ਛਾਂ ਕਰੀ ਜਾਂਦੇ ਨੇ। ਹਲੱਬੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਸ਼ਾਮ ਦੇਸ਼ ਦੇ ਹਲੱਬ ਸ਼ਹਿਰ ਦੀ ਕਿਰਪਾਨ ਚੱਲਦੀ ਪਈ ਹੈ ਜੰਗ ਦੇ ਮੈਦਾਨ ਵਿੱਚ। ਜਨਾਬੀ ਜਨਾਬ ਦੇਸ਼ ਦੀ ਕਿਰਪਾਨ ਜੰਗ ਦੇ ਮੈਦਾਨ ਦੇ ਵਿੱਚ ਚੱਲਦੀ ਪਈ ਹੈ, ਜਾਂ ਜਨਾਬੀ ਬੇਲ ਜਲੇਬੀ ਦੇ ਆਕਾਰ ਦੀ ਟੇਢੀ ਕਿਰਪਾਨ ਜੰਗ ਦੇ ਮੈਦਾਨ ਦੇ ਵਿੱਚ ਚੱਲਦੀ ਪਈ ਹੈ। ਮਗਰੱਬੀ ਮਹਾਰਾਜ ਕਲਗੀਧਰ ਜੀ ਕਹਿੰਦੇ, ਮਗਰੱਬੀ ਦੇਸ਼ ਦੀ ਕਿਰਪਾਨ, ਪੱਛਮੀ ਇਲਾਕੇ ਦੀ ਕਿਰਪਾਨ ਜੰਗ ਦੇ ਮੈਦਾਨ ਵਿੱਚ ਚੱਲਦੀ ਪਈ ਹੈ। ਮਸਹੱਦੀ ਮਸਹੱਦੀ ਗੁਰੂ ਖਾਲਸਾ ਜੀ, ਤੂਸ ਸ਼ਹਿਰ ਦੀ ਬਣੀ ਹੋਈ ਤਲਵਾਰ ਜੰਗ ਦੇ ਮੈਦਾਨ ਦੇ ਵਿੱਚ ਚੱਲਦੀ ਪਈ ਹੈ। ਈਰਾਨ ਦਾ ਇੱਕ ਸ਼ਹਿਰ ਹੈ ਜਿਹਨੂੰ ਮਸ਼ਹੱਦੀ ਵੀ ਕਹਿੰਦੇ ਨੇ ਅਤੇ ਤੂਸ ਵੀ ਕਹਿੰਦੇ ਨੇ। ਇੱਥੇ ਹਜ਼ਰਤ ਮੂਸਾ ਦਾ ਮਜ਼ਾਰ ਹੈ ਬਹੁਤ ਵੱਡਾ। ਇੱਥੋਂ ਦੀ ਬਣੀ ਹੋਈ ਤਲਵਾਰ ਜੰਗ ਦੇ ਮੈਦਾਨ ਵਿੱਚ ਚੱਲਦੀ ਪਈ ਹੈ। ਬਗਦਾਦੀ ਬਗਦਾਦ ਸ਼ਹਿਰ ਦੀ ਕਿਰਪਾਨ ਚੱਲਦੀ ਪਈ ਹੈ। ਅਰਬੀ ਅਰਬ ਦੇਸ਼ ਦੀ ਬਣੀ ਹੋਈ ਤਲਵਾਰ ਜੰਗ ਦੇ ਮੈਦਾਨ ਵਿੱਚ ਸੂਰਮੇ ਵਾਹੁੰਦੇ ਪਏ ਨੇ। ਗਰੱਬੀ ਜਿਹੜੀ ਕਿਰਪਾਨ ਦੇ ਉੱਪਰ ਚਾਂਦੀ ਦਾ ਕੰਮ ਕੀਤਾ ਹੋਇਆ ਏ, ਉਹ ਕਿਰਪਾਨਾਂ ਜੰਗ ਦੇ ਮੈਦਾਨ ਵਿੱਚ ਚੱਲਦੀਆਂ ਪਈਆਂ ਨੇ। ਉਨੱਬੀ ਬੀਰਾਂ ਵਾਂਗ ਮੋਟੇ ਮੋਟੇ ਮੋਤੀ ਜਿਨ੍ਹਾਂ ਦੇ ਉੱਪਰ ਜੜੇ ਹੋਏ ਨੇ। ਉਨੱਬੀ ਗੁਰੂ ਖਾਲਸਾ ਜੀ, ਬੀਰਾਂ ਦਾ ਨਾਮ ਵੀ ਹੈ ਅਤੇ ਅੰਗੂਰਾਂ ਦਾ ਨਾਮ ਵੀ ਹੈ। ਜਿਨ੍ਹਾਂ ਕਿਰਪਾਨਾਂ 'ਤੇ ਅੰਗੂਰਾਂ ਵਰਗੇ ਜਾਂ ਬੀਰਾਂ ਵਰਗੇ ਵੱਡੇ ਵੱਡੇ ਮੋਤੀ ਜੜੇ ਹੋਏ ਨੇ, ਉਹ ਕਿਰਪਾਨਾਂ ਚੱਲਦੀਆਂ ਪਈਆਂ ਨੇ। ਸਹਿਤੀ ਬਰਸ਼ੀਆਂ ਚੱਲਦੀਆਂ ਪਈਆਂ ਨੇ। ਬਨੈਟੀ ਮਰਹੱਟੀਆਂ ਚੱਲਦੀਆਂ ਪਈਆਂ ਨੇ। ਸਹਿਫੈਟੀ ਗੁਰੂ ਖਾਲਸਾ ਜੀ, ਸਹਿਬ ਤਲਵਾਰ ਦਾ ਨਾਮ ਹੈ, ਤਲਵਾਰਾਂ ਚੱਲਦੀਆਂ ਪਈਆਂ ਨੇ। ਵਰਾਟੀ ਗੋਪੀਏ ਨੂੰ ਕਹਿੰਦੇ ਨੇ, ਜੰਗ ਦੇ ਮੈਦਾਨ ਵਿੱਚ ਚੱਲਦੀਆਂ ਗੋਪੀਏ ਚੱਲਦੇ ਪਏ ਨੇ। ਗਰੈਟੀ ਫਾਂਹਾਂ ਦਾ ਨਾਮ ਹੈ। ਖਗੈਟੀ ਖੜਗਾਂ ਦਾ ਨਾਮ ਹੈ। ਫਲੈਟੀ ਹਾਂ, ਫਲਿਆਂ ਵਾਲੇ ਭਾਰੀ ਤੀਰ ਜੰਗ ਦੇ ਮੈਦਾਨ ਵਿੱਚ ਚੱਲਦੇ ਪਏ ਨੇ। ਤਲੈਟੀ ਹਾਂ, ਤਲੈਟੀ ਨਾਮ ਤਲਵਾਰਾਂ ਦਾ ਏ, ਕਿਉਂਕਿ ਤਲ ਨਾਮ ਹੇਠਾਂ ਦਾ ਏ, ਤਲਵਾਰ ਦਾ ਵਾਰ ਹੇਠਾਂ ਤੋਂ ਹੁੰਦਾ ਏ। ਜਬਾਰਾ ਮਹਾਰਾਜ ਸਾਹਿਬ ਜੀ ਕਹਿੰਦੇ, ਭਾਰੀ ਹਥਿਆਰ ਚੱਲਦੇ ਪਏ ਨੇ। ਦੋ ਧਾਰਾ ਦਵਾਂ ਧਾਰਾਂ ਵਾਲਾ ਖੰਡਾ ਚੱਲਦਾ ਪਿਆ ਏ। ਦੋ ਫਾਰਾ ਦੋਨਾਂ ਫਾਲਿਆਂ ਵਾਲੀ, ਜਿਹਨੂੰ ਇੱਕ ਫਾਲਾ ਇੱਕ ਬੰਨੇ ਨੂੰ, ਦੂਜਾ ਫਾਲਾ ਦੂਜੇ ਬੰਨੇ ਨੂੰ ਲੱਗਾ ਹੁੰਦਾ ਏ, ਐਸੀਆਂ ਕਟਾਰਾਂ ਜੰਗ ਦੇ ਮੈਦਾਨ ਵਿੱਚ ਚੱਲਦੀਆਂ ਪਈਆਂ ਨੇ। ਕਟਾਰਾਂ ਚੱਲਦੀਆਂ ਪਈਆਂ ਨੇ ਦੋ ਫਾਲਿਆਂ ਵਾਲੀਆਂ। ਜਮ ਦਾੜਾ ਹਾਂ, ਜਮ ਦੀ ਦਾੜ ਕਟਾਰ ਦਾ ਹੀ ਨਾਮ ਹੈ। ਕਲ ਦਾੜਾ ਵੀ ਕਟਾਰ ਦਾ ਹੀ ਨਾਮ ਹੈ। ਬਹੁਤ ਕਟਾਰਾਂ ਚੱਲਦੀਆਂ ਪਈਆਂ ਨੇ, ਕਟਾਰਾਂ ਹੀ ਕਟਾਰਾਂ। ਉਰ ਪਾਰਾ ਹਾਂ, ਉਰ ਹਿਰਦੇ ਵਿੱਚ ਵੱਜਦੀਆਂ ਨੇ ਕਟਾਰਾਂ, ਹਿਰਦੇ ਤੋਂ ਪਾਰ ਹੋ ਜਾਂਦੀਆਂ ਨੇ। ਬਹੁ ਦਾੜਾ ਇਸ ਤਰੀਕੇ ਦੇ ਨਾਲ ਬਹੁਤੀਆਂ ਦਾੜਾਂ ਭਾਵ ਬਹੁਤੀਆਂ ਕਟਾਰਾਂ ਜੰਗ ਦੇ ਮੈਦਾਨ ਵਿੱਚ ਚੱਲਦੀਆਂ ਪਈਆਂ ਨੇ। ਹੁੱਕ ਨਾਲੀ ਮਹਾਰਾਜ ਕਲਗੀਧਰ ਜੀ ਕਹਿੰਦੇ, ਰੁਕ ਰੁਕ ਕੇ ਚੱਲਣ ਵਾਲੀਆਂ ਬੰਦੂਕਾਂ ਚੱਲਦੀਆਂ ਪਈਆਂ ਨੇ। ਜੰਜਾਲੀ ਜੰਜੀਰਾਂ ਨਾਲ ਬੰਨ ਕੇ ਜਿਹੜੀਆਂ ਚਲਾਈਦੀਆਂ ਨੇ, ਐਸੀਆਂ ਬੰਦੂਕਾਂ ਚੱਲਦੀਆਂ ਪਈਆਂ ਨੇ। ਘੋੜ ਨਾਲੀ ਘੋੜੇ ਜਿਹੜੀਆਂ ਤੋਪਾਂ ਨੂੰ ਮਗਰ ਪਾ ਕੇ ਖਿੱਚਦੇ ਨੇ, ਘੋੜੇ ਜਿਨ੍ਹਾਂ ਦਾ ਭਾਰ ਖਿੱਚ ਪਾਉਂਦੇ ਨੇ, ਐਸੀਆਂ ਘੁਰ ਨਾਲੀ ਘੋੜਿਆਂ ਦੇ ਨਾਲ ਸੰਬੰਧਿਤ ਬੰਦੂਕਾਂ ਚੱਲਦੀਆਂ ਪਈਆਂ ਨੇ। ਗਜ ਨਾਲੀ ਜਿਹੜੀਆਂ ਤੋਪਾਂ ਹਾਥੀਆਂ ਦੇ ਮਗਰ ਪਾ ਕੇ ਖਿੱਚੀਆਂ ਜਾਂਦੀਆਂ ਨੇ, ਐਸੀਆਂ ਤੋਪਾਂ ਚੱਲਦੀਆਂ ਪਈਆਂ ਨੇ। ਖਰ ਨਾਲੀ ਖੋਤਿਆਂ ਦੇ ਪਿੱਛੇ ਪਾ ਕੇ ਖਿੱਚੀਆਂ ਜਾਣ ਵਾਲੀਆਂ ਤੋਪਾਂ ਚੱਲਦੀਆਂ ਪਈਆਂ ਨੇ। ਪਰ ਨਾਲੀ ਗੁਰੂ ਖਾਲਸਾ ਜੀ, ਪੰਛੀਆਂ ਨੂੰ ਮਾਰਨ ਵਾਲੀਆਂ ਬੰਦੂਕਾਂ ਚੱਲਦੀਆਂ ਪਈਆਂ ਨੇ। ਔਰ ਨਾਲੀ ਔਰ ਹਿਰਦਿਆਂ ਨੂੰ ਪਾੜਨ ਵਾਲੀਆਂ ਬੰਦੂਕਾਂ ਚੱਲਦੀਆਂ ਪਈਆਂ ਨੇ। ਧਮਕਾਲੀ ਧਮਕ ਪਾਉਣ ਵਾਲੀਆਂ, ਧਮਕਾਲੀ ਇਕੱਠਾ ਹੀ ਗਰਜ ਪਾਉਣ ਵਾਲੀਆਂ ਬੰਦੂਕਾਂ ਜੰਗ ਦੇ ਮੈਦਾਨ ਦੇ ਵਿੱਚ ਚੱਲਦੀਆਂ ਪਈਆਂ ਨੇ। ਬਮਕਾਲੀ ਬਹੁ ਜਵਾਲੀ ਨਾਮ ਗਲੱਛਣ ਦਾ ਏ, ਜਿਹੜੀਆਂ ਬੰਦੂਕਾਂ ਜਦੋਂ ਚੱਲਦੀਆਂ ਨੇ
ਤੇ ਆਪਣੇ ਮੁਖ ਤੋਂ ਬਹੁ ਬਹੁਤੀ ਜਵਾਲੀ ਅੱਗ ਬਮਕਾਲੀ ਗਲੱਛਦੀਆਂ ਨੇ। ਐਸੀਆਂ ਬੰਦੂਕਾਂ ਜੰਗ ਦੇ ਮੈਦਾਨ ਵਿੱਚ ਚੱਲਦੀਆਂ ਪਈਆਂ ਨੇ। ਬਹੁ ਸਵਾਲੀ ਸਵਾਲੀ ਨਾਮ ਚੰਗਿਆੜਿਆਂ ਦਾ ਏ, ਜਿਹੜੀਆਂ ਬੰਦੂਕਾਂ ਚੱਲਦੀਆਂ ਬਹੁਤੇ ਚੰਗਿਆੜੇ ਸੁੱਟਦੀਆਂ ਨੇ। ਐਸੀਆਂ ਜੰਗ ਦੇ ਮੈਦਾਨ ਵਿੱਚ ਬੰਦੂਕਾਂ ਚੱਲਦੀਆਂ ਪਈਆਂ ਨੇ। ਰਹਾਓ ਟਿਕਾਓ ਦੇ ਕੇ ਕਿਰਪਾ ਕਰਦੇ ਨੇ। ਸੂਲੋ ਮਹਾਰਾਜ ਕਲਗੀਧਰ ਜੀ ਕਹਿੰਦੇ ਸੂਲੋ ਸੂਏ ਚੱਲਦੇ ਪਏ ਨੇ। ਤ੍ਰੇ ਸੂਲੋ ਤਿੰਨਾਂ ਨੋਕਾਂ ਵਾਲੇ ਤਰਸੂਲ ਚੱਲਦੇ ਪਏ ਨੇ। ਦੋ ਸੂਲੋ ਦੋਵਾਂ ਸੂਲਾਂ ਦੋ ਸੂਬਿਆਂ ਵਾਲੇ ਸੂਏ ਜੰਗ ਦੇ ਮੈਦਾਨ ਵਿੱਚ ਚੱਲਦੇ ਪਏ ਨੇ। ਖੜ ਸੂਲੋ ਛਿਆਂ ਲੋਕਾਂ ਵਾਲੇ ਸੂਏ ਜੰਗ ਦੇ ਮੈਦਾਨ ਵਿੱਚ ਚੱਲਦੇ ਪਏ ਨੇ। ਛੁਲੋ ਛੁਰੀਆਂ ਚੱਲਦੀਆਂ ਪਈਆਂ ਨੇ। ਬੇਛੁਲੋ ਬਿਛੁਲੋ ਬਿਛੂਏ ਚੱਲਦੇ ਪਏ ਨੇ। ਭੱਟ ਹੁਲੋ ਭੱਟ ਜਿਹੜੇ ਸੂਰਮੇ ਨੇ ਹੂਲਾ ਮਾਰਦੇ ਪਏ ਨੇ ਜੰਗ ਦੇ ਮੈਦਾਨ ਵਿੱਚ। ਦਲ ਦੁਲੋ ਹਾਂ ਦੁਲੋ ਨਾਮ ਦੁਲਿਆਂ ਵਾਂਗੂ ਸਜੇ ਹੋਏ ਜੋ ਦੇਵਤਿਆਂ ਦੇ ਦਲ ਨੇ। ਦਲ ਗੁਲੋ ਗੁਲੋ ਪ੍ਰੇਤਾਂ ਵਰਗੇ ਦੰਤਾਂ ਦੇ ਜੋ ਦਲ ਨੇ ਉਹ ਆਪਸ ਵਿੱਚ ਏਦਾਂ ਇੱਕ ਦੂਜੇ ਨੂੰ ਹੂਲਾ ਮਾਰਦੇ ਪਏ ਨੇ। ਰਹਾਓ ਟਿਕਾਓ ਦੇ ਕੇ ਕਿਰਪਾ ਕਰਦੇ ਨੇ। ਕਰੌਲੀ ਜੰਗ ਦੇ ਮੈਦਾਨ ਦੇ ਵਿੱਚ ਕਿਰਪਾਨਾਂ ਚੱਲਦੀਆਂ ਪਈਆਂ ਨੇ। ਕਰ ਦੌਲੀ ਕਰਦਾਂ ਚੱਲਦੀਆਂ ਪਈਆਂ ਨੇ। ਕਤੌਲੀ ਕਤੌਲੀ ਕਾਤੀਆਂ ਚੱਲਦੀਆਂ ਪਈਆਂ ਨੇ। ਅਰੌਲੀ ਅੜਨ ਵਾਲੇ ਸੂਰਮੇ ਜੰਗ ਦੇ ਮੈਦਾਨ ਵਿੱਚ ਏਦਾਂ ਸ਼ਹਿਤਰ ਚਲਾਉਂਦੇ ਪਏ ਨੇ। ਸ਼ੁਰੌਲੀ ਛੁਰੀਆਂ ਚੱਲਦੀਆਂ ਪਈਆਂ ਨੇ। ਜੰਗੌਲੀ ਜੰਗ ਦੇ ਮੈਦਾਨ ਵਿੱਚ ਜੰਗੀ ਸ਼ਸਤਰ ਚੱਲਦੇ ਪਏ ਨੇ। ਮਗੌਲੀ ਮਗੌਲੀ ਮੁਗਲਾਂ ਦੇ ਨਾਲ ਸੰਬੰਧਿਤ ਤਲਵਾਰਾਂ, ਜਿਹੜੀਆਂ ਤਲਵਾਰਾਂ ਮੁਗਲੀਆ ਖਾਨਦਾਨ ਵਰਤਦੇ ਰਹੇ ਨੇ। ਇਹ ਗੁਰੂ ਖਾਲਸਾ ਜੀ ਤਲਵਾਰਾਂ ਉਸ ਸਮੇਂ ਵੀ ਹੈ ਸੀ ਕਿ ਸੂਰਮੇ ਇਹਨਾਂ ਨੂੰ ਪਕੜ ਕੇ ਲੜਦੇ ਪਏ ਨੇ। ਹਰੌਲੀ ਹਰੌਲੀ ਜੋ ਹਰਵਲ ਅੱਗੇ ਰਹਿਣ ਵਾਲੀ ਫੌਜ ਹੈ, ਜਿਹੜੀ ਜੰਗ ਦੇ ਮੈਦਾਨ ਵਿੱਚ ਅੱਗੇ ਰਵੇ ਉਹਨੂੰ ਹਰਵਲ ਵਾਲੀ ਫੌਜ ਕਹਿੰਦੇ ਹੈ, ਜਿਹੜੀ ਪਿੱਛੇ ਰਵੇ ਉਹਨੂੰ ਚੰਦੈਲਨ ਫੌਜ ਕਹਿੰਦੇ ਹੈ, ਜਿਹੜੀ ਅੱਗੇ ਰਹਿਣ ਵਾਲੀ ਫੌਜ ਹੈ ਉਹ ਗੁਰੂ ਖਾਲਸਾ ਜੀ ਛੁਰੀਆਂ ਇਸੇ ਤਰ੍ਹਾਂ ਕਾਤੀਆਂ ਕਰਦਾ ਵਰਾ ਕਰਕੇ ਜੰਗ ਕਰਦੇ ਪਏ ਨੇ। ਲਠੌਰੀ ਕਿਧਰੇ ਲਾਠੀਆਂ ਚੱਲਦੀਆਂ ਪਈਆਂ ਨੇ। ਡੰਗੌਰੀ ਕਿਧਰੇ ਡਾਂਗਾਂ ਚੱਲਦੀਆਂ ਪਈਆਂ ਨੇ। ਛਟੌਰੀ ਛਟੌਰੀ ਛਟੀਆਂ ਛਮਕਾਂ ਜੰਗ ਦੇ ਮੈਦਾਨ ਵਿੱਚ ਚੱਲਦੀਆਂ ਪਈਆਂ ਨੇ, ਤੂਤ ਦੀਆਂ ਛਮਕਾਂ ਆਦਿਕ। ਹਰੌਰੀ ਹਰੌਰੀ ਅੱਗੇ ਰਹਿਣ ਵਾਲੀ ਫੌਜ ਇੱਦਾਂ ਜੰਗ ਦੇ ਮੈਦਾਨ ਵਿੱਚ ਵਾਰ ਕਰਦੀ ਪਈ ਹੈ। ਡੰਗੌਤੀ ਡਾਂਗਾਂ ਚੱਲਦੀਆਂ ਪਈਆਂ ਨੇ। ਡੰਡੌਤੀ ਡੰਡੌਤੀ ਡਾਂਗਾਂ ਦਾ ਨਾਮ ਹੈ ਤੇ ਠੰਗੌਤੀ ਠੇਂਗੇ ਮਾਰਨ ਵਾਲੇ ਸੋਟੇ ਜੰਗ ਦੇ ਮੈਦਾਨ ਵਿੱਚ ਚੱਲਦੇ ਪਏ ਨੇ। ਭੰਗੌਤੀ ਭੰਗ ਘੋਟਣ ਵਾਲੇ ਸਲੋਤਰ ਚੱਲਦੇ ਪਏ ਨੇ। ਜੰਗੌਤੀ ਜਾਂ ਭੰਗੌਤੀ ਕਿਰਪਾਨਾਂ ਚੱਲਦੀਆਂ ਪਈਆਂ ਨੇ। ਜੰਗੌਤੀ ਜੰਗੀ ਸੂਰਮੇ ਅਗੌਤੀ ਅੱਗੇ ਹੋ ਕਰਕੇ ਸ਼ਸਤਰ ਚਲਾਉਂਦੇ ਪਏ ਨੇ। ਰਹਾਓ ਟਿਕਾਓ ਦੇ ਕੇ ਕਿਰਪਾ ਕਰਦੇ ਨੇ। ਬਹੁ ਕੰਦਰ ਮਹਾਰਾਜ ਕਲਗੀਧਰ ਜੀ ਕਹਿੰਦੇ ਬਹੁਤੀਆਂ ਗੁਫਾਵਾਂ ਚੁੱਕ ਚੁੱਕ ਕੇ, ਐਸੇ ਪਹਾੜ ਜਿਨ੍ਹਾਂ ਦੇ ਵਿੱਚ ਗੁਰੂ ਖਾਲਸਾ ਜੀ ਗੁਫਾਵਾਂ ਬਣੀਆਂ ਹੋਈਆਂ ਨੇ, ਇਹ ਪਹਾੜ ਜੰਗ ਦੇ ਮੈਦਾਨ ਵਿੱਚ ਸੁੱਟਦੇ ਪਏ ਨੇ। ਬਹੁ ਮੰਦਰ ਬਹੁਤੇ ਮੰਦਰਾਂਚਲ ਪਹਾੜ ਚੁੱਕ ਚੁੱਕ ਕੇ ਜੰਗ ਦੇ ਮੈਦਾਨ ਵਿੱਚ ਵਰਸਾਉਂਦੇ ਪਏ ਨੇ। ਗਿਰ ਅੰਦਰ ਗਿਰ ਇੰਦਰ ਵੱਡੇ ਪਹਾੜ ਜੰਗ ਦੇ ਮੈਦਾਨ ਵਿੱਚ ਸੁੱਟਦੇ ਪਏ ਨੇ। ਮੇਰ ਅੰਦਰ ਮੇਰ ਅੰਦਰ ਸਮੇਰ ਪਰਬਤ ਚੁੱਕ ਚੁੱਕ ਕੇ ਜਾਂ ਸਮੇਰ ਪਰਬਤ ਜਿੱਡੇ ਪਹਾੜ ਚੁੱਕ ਚੁੱਕ ਕੇ ਜੰਗ ਦੇ ਮੈਦਾਨ ਦੇ ਵਿੱਚ ਸੁੱਟਦੇ ਪਏ ਨੇ। ਮੇਰ ਇੰਦਰ ਵੱਡੇ ਵੱਡੇ ਸੁਮੇਰ ਪਰਬਤ ਵਰਗੇ ਪਹਾੜ ਸੁੱਟਦੇ ਪਏ ਨੇ, ਜਾਂ ਮੇਰ ਅੰਦਰ ਸੁਮੇਰ ਪਰਬਤ ਵਰਗੇ ਵੱਡੇ ਵੱਡੇ ਪਹਾੜ ਜੰਗ ਦੇ ਮੈਦਾਨ ਦੇ ਅੰਦਰ ਸੁੱਟਦੇ ਪਏ ਨੇ। ਸੇਖ ਅੰਦਰ ਗੁਰੂ ਖਾਲਸਾ ਜੀ ਚੋਟੀਆਂ ਵਾਲੇ ਜਿਹੜੇ ਉੱਚੇ ਉੱਚੇ ਪਰਬਤ ਨੇ ਉਹ ਜੰਗ ਦੇ ਮੈਦਾਨ ਵਿੱਚ ਭੁਆ ਭੁਆ ਕੇ ਸੁੱਟਦੇ ਪਏ ਨੇ। ਖੇਦ ਅੰਦਰ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਆਕਾਸ਼ ਵਿੱਚ ਦੀ ਧਰਤੀ ਵਾਲੇ ਪਹਾੜ, ਜਿਹੜੇ ਆਕਾਸ਼ ਨੂੰ ਚੀਰ ਕੇ ਆਕਾਸ਼ ਤੋਂ ਵੀ ਉੱਚੇ ਧਰਤੀ ਤੋਂ ਧਰਤੀ ਦੇ ਵਿੱਚ ਜਿਨ੍ਹਾਂ ਦੀਆਂ ਜੜ੍ਹਾਂ ਲੱਗੀਆਂ ਹੋਈਆਂ ਨੇ, ਅਤੇ ਆਕਾਸ਼ ਨੂੰ ਵੀ ਚੀਰ ਕੇ ਆਕਾਸ਼ ਨੂੰ ਵੀ ਉੱਚੇ ਪਹਾੜ ਨੇ, ਐਸੇ ਜੰਗ ਦੇ ਮੈਦਾਨ ਵਿੱਚ ਸੁੱਟਦੇ ਪਏ ਨੇ। ਤ ਨਾਮ ਧਰਤੀ ਦਾ ਏ, ਖੇ ਨਾਮ ਅਸਮਾਨ ਦਾ ਏ। ਧਰਤੀ ਤੋਂ ਸ਼ੁਰੂ ਹੋ ਕੇ ਅਤੇ ਅਸਮਾਨ ਤੱਕ ਲੱਗੇ ਹੋਏ ਨੇ,
ਐਸੇ ਪਹਾੜ ਜੰਗ ਦੇ ਮੈਦਾਨ ਵਿੱਚ ਸੁੱਟਦੇ ਪਏ ਨੇ। ਸੈਲ ਇੰਦਰ, ਸੈਲ ਨਾਮ ਪਹਾੜਾਂ ਦਾ ਏ, ਇੰਦਰ ਨਾਮ ਭਾਰੀ, ਭਾਰੀ ਪਹਾੜ ਜੰਗ ਦੇ ਮੈਦਾਨ ਵਿੱਚ ਸੁੱਟਦੇ ਪਏ ਨੇ। ਮਿਲਿੰਦਰ, ਮਿਲਿੰਦਰ ਜੰਗ ਦੇ ਮੈਦਾਨ ਦੇ ਨਾਲ ਮੇਲਦੇ ਪਏ ਨੇ, ਭਾਵ ਜੰਗ ਦੇ ਮੈਦਾਨ ਵਿੱਚ ਏਡੇ ਏਡੇ ਵੱਡੇ ਪਹਾੜ ਸੁੱਟਦੇ ਪਏ ਨੇ। ਨਗੇਂਦਰ, ਨਗੇਂਦਰ ਗੁਰੂ ਖਾਲਸਾ ਜੀ ਵੱਡੇ ਪਹਾੜਾਂ ਦਾ ਨਾਮ ਹੈ। ਭੂਦਰ ਇੰਦਰ, ਹਾਂ ਭੂਦਰ ਇੰਦਰ, ਭੂਦਰ ਨਾਮ ਪਹਾੜਾਂ ਦਾ ਏ, ਇੰਦਰ ਨਾਮ ਵੱਡੇ, ਵੱਡੇ ਪਹਾੜ ਜੰਗ ਦੇ ਮੈਦਾਨ ਵਿੱਚ ਸੁੱਟਦੇ ਪਏ ਨੇ। ਸਿਖਰਿੰਦਰ, ਹਾਂ ਸਿਖਰਿੰਦਰ ਚੋਟੀਆਂ ਵਾਲੇ ਪਹਾੜ ਜੰਗ ਦੇ ਮੈਦਾਨ ਵਿੱਚ ਵਰਸਾਉਂਦੇ ਪਏ ਨੇ। ਗਿਰਿੰਦਰ, ਵੱਡੇ ਪਹਾੜ ਜੰਗ ਦੇ ਮੈਦਾਨ ਵਿੱਚ ਸੁੱਟਦੇ ਪਏ ਨੇ। ਸਿਲਾਂਦਰ, ਸਿਲਾਂ ਵਾਲੇ ਪਹਾੜ ਤਿੱਖੇ, ਸਿਲਾਂਦਰ ਗੁਰੂ ਖਾਲਸਾ ਜੀ ਤਿੱਖੇ ਪਹਾੜਾਂ ਨੂੰ ਕਹਿੰਦੇ ਨੇ। ਮੇਲਾਂਦਰ, ਜੰਗ ਦੇ ਮੈਦਾਨ ਦੇ ਨਾਲ ਮੇਲਦੇ ਪਏ ਨੇ, ਭਾਵ ਜੰਗ 'ਚ ਸੁੱਟਦੇ ਪਏ ਨੇ। ਨਰਿੰਦਰ, ਨਰਿੰਦਰ ਜਿਹੜੇ ਮਨੁੱਖੀ ਰਾਜੇ ਨੇ। ਕੁਪਿੰਦਰ, ਹਾਂ ਗੁੱਸਾ ਕਰਕੇ, ਗੁੱਸੇ ਦੇ ਵਿੱਚ ਆ ਕਰਕੇ ਪਹਾੜ ਚੁੱਕ ਚੁੱਕ ਕੇ ਜੰਗ ਦੇ ਮੈਦਾਨ ਵਿੱਚ ਸੁੱਟਦੇ ਪਏ ਨੇ। ਨਰਿੰਦਰ ਜਿਹੜੇ ਨਰ ਨਾਮ ਮਰਦ ਦਾ ਏ, ਜਿਹੜੇ ਮਰਦਾਂ ਵਿੱਚੋਂ ਵੱਡੇ ਮਰਦ ਨੇ, ਭਾਵ ਵੱਡੇ ਸੂਰਮੇ ਨੇ। ਕੁਪਿੰਦਰ, ਕੁਪ ਇੰਦਰ, ਕੁਪ ਨਾਮ ਗੁੱਸੇ ਦਾ ਏ, ਇੰਦਰ ਨਾਮ ਭਾਰੀ ਦਾ ਏ, ਭਾਰੀ ਗੁੱਸੇ ਦੇ ਵਿੱਚ ਆ ਕੇ ਵੱਡੇ ਸੂਰਮੇ ਐਸੇ ਪਹਾੜ ਜੰਗ ਦੇ ਮੈਦਾਨ ਵਿੱਚ ਵਰਸਾਉਂਦੇ ਪਏ ਨੇ। ਬਹੁ ਰੁੱਖਾ, ਬਹੁਤੇ ਰੁੱਖ ਪੁੱਟ ਪੁੱਟ ਕੇ ਜੰਗ ਦੇ ਮੈਦਾਨ ਵਿੱਚ ਸੁੱਟਦੇ ਪਏ ਨੇ। ਰੁੱਖਾ ਰਾਰੇ ਨੂੰ ਦਲੰਕਣਾ ਏ, ਛਾਪੇ ਦੀਆਂ ਦੋਨਾਂ ਬੀੜਾਂ ਵਿੱਚ ਗਿਆਨੀ ਚੰਦਾ ਸਿੰਘ ਜੀ ਦੇ ਮਾਤਾ ਭਾਗੋ ਜੀ ਦੇ ਸਰੂਪ ਵਿੱਚ। ਬਹੁ ਬ੍ਰਿਖਾ, ਬਹੁਤੇ ਰੁੱਖ ਸੁੱਟਦੇ ਪਏ ਹਨ। ਬਹੁ ਤਰਖਾ, ਤਰਖਾ ਨਾਮ ਵੀ ਰੁੱਖਾਂ ਦਾ ਹੀ ਹੈ, ਇਹ ਪਰਿਆਇਵਾਚੀ ਸ਼ਬਦ ਲਿਖਦੇ ਪਏ ਨੇ। ਰੁੱਖਾ ਬਿਰਖਾ ਦੇ ਤਰੁਖਾ ਇਹ ਪਰਿਆਇਵਾਚੀ ਸ਼ਬਦ ਹੈ। ਬਹੁ ਸਾਖਾ, ਬਹੁਤੇ ਟਹਿਣੀਆਂ ਵਾਲੇ ਰੁੱਖ ਜੰਗ ਦੇ ਮੈਦਾਨ 'ਚ ਸੁੱਟਦੇ ਪਏ ਨੇ। ਪੱਤ ਰਾਖਾ, ਹਾਂ ਪੱਤਿਆਂ ਵਾਲੇ ਰਾਖਾ ਰੁੱਖ ਸੁੱਟਦੇ ਪਏ ਨੇ। ਫਲਾਖਾ, ਫਲਾਂ ਵਾਲੇ ਰੁੱਖ ਵੀ ਸੁੱਟਦੇ ਪਏ ਨੇ। ਪਲਵਾਖਾ, ਪਲਵਾਖਾ ਪਲਵ ਨਾਮ ਪੱਤਿਆਂ ਦਾ ਏ, ਪੱਤਿਆਂ ਵਾਲੇ ਜਿਹੜੇ ਰੁੱਖ ਹਨ। ਬੈ ਸਾਖਾ, ਬੈ ਸਾਖਾ, ਬੈ ਮੈਨੇ ਬਿਨਾਂ, ਸਾਖਾ ਮੈਨੇ ਟਹਿਣੀਆਂ, ਟਹਿਣੀਆਂ ਤੋਂ ਬਿਨਾਂ ਜਿਹੜੇ ਸੁੱਕੇ ਮੁੱਢ ਨੇ, ਉਹਨਾਂ ਮੁੱਢਾਂ ਨੂੰ ਵੀ ਪੁੱਟ ਪੁੱਟ ਕੇ ਜੰਗ ਦੇ ਮੈਦਾਨ ਵਿੱਚ ਸੁੱਟਦੇ ਪਏ ਨੇ। ਕਰ ਸਲਕੈ, ਮਹਾਰਾਜ ਕਲਗੀਧਾਰ ਜੀ ਕਹਿੰਦੇ ਜਿੱਦਾਂ ਬੰਦੂਕਾਂ ਇੱਕੇ ਵਾਰ ਹੀ ਚੱਲਦੀਆਂ ਹਨ, ਇੱਦਾਂ ਰੁੱਖ ਪੁੱਟ ਕਰਕੇ ਅਤੇ ਇੱਕੇ ਵਾਰ ਹੀ ਹੁੰਬਲਾ ਮਾਰ ਕੇ ਜੰਗ ਦੇ ਮੈਦਾਨ ਵਿੱਚ ਸੁੱਟ ਦਿੰਦੇ ਨੇ। ਦੋਹ ਹਲਕੈ, ਦੋਨਾਂ ਹੀ ਹਲਕਿਆਂ ਦੇ ਸੂਰਮੇ, ਹਲਕਾ ਨਾਮ ਘੇਰੇ ਦਾ ਵੀ ਹੈ, ਹਲਕਾ ਨਾਮ ਜਿਨ੍ਹਾਂ ਨੂੰ ਹਲਕਾ ਕੁੱਦਿਆ ਹੋਇਆ ਏ, ਹਲਕਾ ਨਾਮ ਇਲਾਕਿਆਂ ਦਾ ਵੀ ਹੈ। ਦੋਨਾਂ ਹੀ ਇਲਾਕਿਆਂ ਤੋਂ, ਦੇਵਤੇ ਆਪਣੇ ਇਲਾਕੇ ਤੋਂ ਅਤੇ ਦੈਂਤ ਆਪਣੇ ਇਲਾਕੇ ਤੋਂ ਮਾਰ ਕਰਦੇ ਪਏ ਨੇ। ਦੋਨਾਂ ਹੀ ਪਾਸਿਆਂ ਤੋਂ ਘੇਰਾ ਘੱਤ ਕੇ ਮਾਰ ਕਰਦੇ ਪਏ ਨੇ। ਦੋਨਾਂ ਹੀ ਪਾਸਿਆਂ ਤੋਂ ਹਲਕੇ ਸੂਰਮੇ ਜੰਗ ਦੇ ਮੈਦਾਨ ਵਿੱਚ ਇੱਦਾਂ ਮਾਰ ਮਚਾਉਂਦੇ ਪਏ ਨੇ, ਜੰਗ ਦੇ ਮੈਦਾਨ ਵਿੱਚ ਇੱਦਾਂ ਰੁੱਖ ਪੁੱਟ ਪੁੱਟ ਕੇ ਸੁੱਟਦੇ ਪਏ ਹਨ। ਚੱਲ ਤੇਗਾਂ, ਤੇਗਾਂ ਚੱਲਦੀਆਂ ਪਈਆਂ ਨੇ। ਸਾਰ ਮੇਗਾਂ, ਸਾਰ ਤੀਰ ਚੱਲਦੇ ਪਏ ਨੇ, ਜਿੱਦਾਂ ਗੁਰੂ ਖਾਲਸਾ ਜੀ ਮੇਘ ਫਾਰਸੀ ਦੇ ਵਿੱਚ ਬੱਦਲਾਂ ਨੂੰ ਕਹਿੰਦੇ ਨੇ। ਆਮ ਬੋਲੀ ਵਿੱਚ ਮੰਮੇ ਲਾਂ ਅਤੇ ਘੱਗਾ ਮੇਘ, ਫਾਰਸੀ ਦੇ ਵਿੱਚ ਮੰਮੇ ਲਾਂ ਅਤੇ ਗੱਗੇ ਬਿੰਦੀ ਮੇਘ, ਮੇਘ ਮੇਘ ਬੱਦਲਾਂ ਨੂੰ ਕਹਿੰਦੇ ਹੈ। ਜਿੱਦਾਂ ਬੱਦਲਾਂ ਤੋਂ ਮੀਂਹ ਵਰਸਦਾ ਏ, ਇੱਦਾਂ ਤਨਖਾਂ ਤੋਂ ਤੀਰ ਵਰਸਦੇ ਪਏ ਨੇ। ਸਿੱਟ ਗੋਲੇ, ਗੋਲੇ ਸੁੱਟਦੇ ਪਏ ਨੇ। ਭੱਟ ਝੋਲੇ, ਸੂਰਮਿਆਂ ਨੂੰ ਗੁਰੂ ਖਾਲਸਾ ਜੀ ਜੰਗ ਦੇ ਮੈਦਾਨ ਦੇ ਵਿੱਚ ਚੱਕੀ ਝੋਰੇ ਦਿੰਦੇ ਪਏ ਨੇ, ਹਿਲਾਉਂਦੇ ਪਏ ਹਨ। ਜੇਰ ਬਰਖੇ, ਹਾਂ ਜਦੋਂ ਪਹਾੜ ਬਰਖਦੇ ਨੇ ਉਸ ਵਕਤ ਸੂਰਮੇ ਝੋਲੇ ਹਿੱਲ ਜਾਂਦੇ ਨੇ। ਜਲ ਧਾਰਾ, ਇੱਦਾਂ ਮਹਾਰਾਜ ਕਲਗੀਧਾਰ ਜੀ ਕਹਿੰਦੇ ਨੇ, ਜਲ ਧਾਰਾ ਬੱਦਲਾਂ ਦੀ ਵਰਖਾ ਵਾਂਗ ਜੰਗ ਦੇ ਮੈਦਾਨ ਦੇ ਵਿੱਚ ਪਹਾੜਾਂ, ਜੰਗ ਦੇ ਮੈਦਾਨ ਵਿੱਚ ਰੁੱਖਾਂ, ਕਿਰਪਾਨਾਂ, ਲਾਠੀਆਂ ਆਦਿਕਾਂ ਦੀ ਵਰਖਾ ਹੁੰਦੀ ਪਈ ਹੈ। ਜਲ ਧਾਰਾ ਇਕੱਠਾ ਹੀ ਹੈ ਅਤੇ ਚੱਲ ਤੇਗੈ ਸਰ ਮੇਗੈ, ਗੱਗੇ ਦੇ ਪੈਰ ਵਿੱਚ ਬਿੰਦੀਆਂ ਰੱਖਣੀਆਂ ਨਹੀਂ, ਕਿਉਂਕਿ ਇਹ ਰਲੀ ਮਿਲੀ ਬੋਲੀ ਹੈ।
ਇਹ ਸ਼ੁੱਧ ਫਾਰਸੀ ਨਹੀਂ ਹੈ ਜੀ। ਬਿਸਨ ਪਦ ਰਾਗ ਜਲ ਧਾਰਾ ਬੰਦ ਬਾਰਵਾਂ, ਹਾਂ ਰਾਗ ਗੱਗੇ ਦੇ ਪੈਰ 'ਚ ਬਿੰਦੀ ਨਹੀਂ ਹੈ ਅਤੇ ਬਾਰਵਾਂ ਬੰਦ ਲਿਖਦੇ ਪਏ ਨੇ। ਜਲ ਧਾਰਾ ਗੁਰੂ ਖਾਲਸਾ ਜੀ ਇਕੱਠਾ ਹੀ ਹੈ। ਦਲ ਗੂਲਾ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਗੂਲਾ ਨਾਮ ਪ੍ਰੇਤਾਂ ਦਾ, ਇਹ ਪ੍ਰੇਤਾਂ ਤੋਂ ਭਾਵ ਅਰਥ ਲੈਣਾ ਇਹ ਦੈਂਤ, ਜਿਹੜੇ ਦੈਂਤਾਂ ਦੇ ਦਲ ਹਨ ਬਗੂਲਾ, ਉਹ ਵਾਪ ਰੋਲਿਆਂ ਵਾਂਗੂ ਧਾ ਕੇ ਜੰਗ ਦੇ ਮੈਦਾਨ ਵਿੱਚ ਪੈਂਦੇ ਨੇ। ਬਿੰਦੂਲਾ ਜਿਹੜੇ ਪ੍ਰੇਤਾਂ ਦੇ ਦਲ ਨੇ, ਬਿੰਦੂਲਾ ਹਾਂ ਜਿਹੜੇ ਬਿਜਲੀ ਵਰਗੇ ਦਲ ਨੇ, ਤਿੱਖੇ ਪ੍ਰਤਾਪ ਵਾਲੇ। ਬੇਜੂਲਾ ਬੇਜੂਲਾ ਬਿਜੜਿਆਂ ਦੇ ਦਲਾਂ ਵਾਂਗ ਜਿਹੜੇ ਦਲ ਹਨ। ਤੜੂਲਾ ਜਿਹੜੇ ਬਿਜਲੀ ਵਾਂਗ ਬਹੁਤ ਤੇਜ਼ ਨੇ। ਗੜੂਲਾ ਜਿਹੜੇ ਗੜੇ ਵਰਸਾਉਣ ਵਾਲੇ ਨੇ। ਜੰਬੂਲਾ ਜੰਬੂਲਾ ਜੰਜੀਰਾਂ ਵਾਲੀਆਂ ਬੰਦੂਕਾਂ ਨਾਲ ਜਿਹੜੇ ਮਾਰ ਕਰਨ ਵਾਲੇ ਦਲ ਨੇ। ਕਹੂਤਾ ਜੀ ਹਾਂ ਐਸੇ ਦੰਤਾਂ ਦੇ ਦਲ ਜੰਗ ਦੇ ਮੈਦਾਨ ਵਿੱਚ ਮਾਰ ਮਚਾਉਂਦੇ ਪਏ ਨੇ। ਕਹੂਤਾ ਜੀ ਮਹਾਰਾਜ ਕਲਗੀਧਰ ਜੀ ਕਹਿੰਦੇ ਕਿਧਰੇ ਸੂਰਮੇ ਤਾਜੀ ਘੋੜਿਆਂ ਤੇ ਚੜ੍ਹੇ ਨੇ। ਕਹੂੰਗਾ ਜੀ ਗਾਜੀ ਨਾਮ ਹਾਥੀਆਂ ਦੇ ਚੜ੍ਹੇ ਨੇ। ਸਭ ਤਾਜੀ ਸਾਰਿਆਂ ਦੰਤਾਂ ਦੇ ਸਿਰਾਂ ਦੇ ਉੱਪਰ ਤਾਜ ਪਾਏ ਹੋਏ ਨੇ। ਸਭ ਲਾਜੀ ਸਾਰੇ ਦੇਵਤੇ ਦੰਤਾਂ ਦੇ ਸਿਰਾਂ ਤੇ ਤਾਜ ਵੇਖ ਕੇ ਲੱਜਾ ਦੇ ਸਹਿਤ ਹੁੰਦੇ ਪਏ ਨੇ ਵੀ ਅਸੀਂ ਤੇ ਜਾਣਿਆ ਸੀ ਵੀ ਦੰਤਾਂ ਦੇ ਸਿਰ ਦੇ ਉੱਪਰ ਹੁਣ ਅਸਾਂ ਨੇ ਤਾਜ ਨਹੀਂ ਪਾਉਣ ਦੇਣੇ, ਤਾਜ ਨਹੀਂ ਰਹਿਣ ਦੇਣੇ। ਇਹ ਤੇ ਫਿਰ ਤਾਜ ਪਾ ਕੇ ਹਾਥੀਆਂ ਘੋੜੀਆਂ ਤੇ ਚੜ੍ਹ ਕੇ ਆ ਗਏ। ਇੱਦਾਂ ਵੇਖ ਕਰਕੇ ਲੱਜਾ ਦੇ ਸਹਿਤ ਹੁੰਦੇ ਨੇ ਦੇਵਤੇ, ਸਾਡੇ ਕੋਲ ਕੁਝ ਨਹੀਂ ਸਰਿਆ। ਪੁੰਨ ਸਾਜੀ ਫਿਰ ਫੌਜ ਸਾਜੀ ਦੰਤਾਂ ਨੇ, ਪੁੰਨ ਲਾਜੀ ਪੁੰਨ ਫੇਰ ਦੇਵਤੇ ਲੱਜਾ ਦੀ ਸਹਿਤ ਹੋਏ, ਪੁੰਨ ਬਾਜੀ ਫੇਰ ਦੇਵਤਿਆਂ ਨੇ ਰੋਹ ਵਿੱਚ ਆ ਕੇ ਨਗਾਰੇ ਵਜਾਏ ਨੇ। ਧੁੰਨ ਗਾਜੀ ਹਾਂ ਜਦੋਂ ਨਗਾਰੇ ਵੱਜੇ ਨੇ ਤੇ ਧੁੰਨ ਜਿਹੜੀ ਹੈ ਨਾ ਨਗਾਰਿਆਂ ਦੀ ਉਹ ਗੱਜੀ ਹੈ। ਅਸਵ ਦਬਟੈ ਘੋੜੇ ਦੜਾਏ ਨੇ ਦੰਤਾਂ ਨੇ ਆਪਣੇ ਪਾਸਿਓਂ ਤੇ ਦੇਵਤਿਆਂ ਨੇ ਆਪਣੇ ਪਾਸਿਓਂ। ਪੁੰਨ ਸਿਮਟੈ ਇਹ ਦੋਨੋਂ ਹੀ ਇਕੱਠੇ ਹੋ ਗਏ ਨੇ ਦੇਵਤੇ ਤੇ ਦੈਂਤ। ਪਾਟ ਚਿਮਟੈ ਹਾਂ ਸੂਰਮੇ ਆਪਸ ਵਿੱਚ ਚੁੰਬੜ ਗਏ ਨੇ। ਪੁੰਨ ਹਟਕੈ ਫਿਰ ਜੰਗ ਕਰਨ ਤੋਂ ਹਟ ਗਏ ਨੇ ਹਾਰ ਅੰਬ ਕਰਕੇ। ਚਿਮਟੈ ਤੋਂ ਅੱਗੇ ਦੋ ਡੰਡੇ ਨੇ ਜੀ। ਪੁੰਨ ਲਪਕੈ ਫਿਰ ਮਹਾਰਾਜ ਕਲਗੀਧਰ ਜੀ ਕਹਿੰਦੇ ਜੋਸ਼ ਕਰਕੇ ਦੁਬਾਰਾ ਲਪਕੈ ਚੁੰਬੜ ਗਏ ਨੇ। ਭੋਏ ਪਟਕੈ ਭੋਏ ਧਰਤੀ ਦੇ ਉੱਪਰ ਪਟਕਾ 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 ਕੇ ਮਾਰਦੇ ਨੇ। ਭੋਏ ਤੇ ਬਿੰਦੀ ਨਹੀਂ ਹੈ, ਇਹ ਗੁਰੂ ਖਾਲਸਾ ਜੀ ਅਰਥਕਾਰ ਨੇ ਆਪਣੇ ਕੋਲੋਂ ਲਗਾਈ ਹੈ। ਪੁਰਾਣੀਆਂ ਬੀੜਾਂ ਵਿੱਚ ਭੱਬੇ ਔਂਕੜ ਦੀ ਈੜੀ ਨੂੰ ਸਿਹਾਰੀ ਆਉਂਦਾ ਸਾਰੇ ਸਰਬਲੋ ਵਿੱਚ, ਕਿਤੇ ਬਿੰਦੀ ਨਹੀਂ ਆਉਂਦੀ। ਭੋਏ ਧਰਤੀ ਦੇ ਉੱਪਰ ਪਟਕੈ ਕੱਕੇ ਨੂੰ ਦਲਾਵਾਂ ਨੇ ਪਟਕਾ ਪਟਕਾ ਕੇ ਮਾਰਦੇ ਪਏ ਨੇ। ਬਹੁ ਝਟਕੈ ਬਹੁਤਿਆਂ ਦੇ ਝਟਕੇ ਕਰਦੇ ਪਏ ਨੇ। ਟੈਂਕਾ ਦੇ ਕੱਕੇ ਨੂੰ ਦਲਾਵਾਂ ਕਰ ਲੈਣੀਆਂ ਜੀ। ਬਹੁ ਪਟਕੈ ਬਹੁਤਿਆਂ ਨੂੰ ਪਟਕਾ ਪਟਕਾ ਕੇ ਮਾਰਦੇ ਪਏ ਨੇ। ਤੁਖ ਫਟਕੈ ਇਸ ਤਰੀਕੇ ਦੇ ਨਾਲ ਤੁਖ ਨੂੰ ਫਟਕੈ ਛੱਟਦੇ ਹੁੰਦੇ ਹਨ। ਤੁਖ ਫੱਕ ਨੂੰ ਕਹਿੰਦੇ ਹੈ, ਚੌਲਾਂ ਦੀ ਫੱਕ ਵਾਂਗੂ ਛੱਟਦੇ ਪਏ ਨੇ ਆਪਸ ਵਿੱਚ ਇੱਕ ਦੂਜੇ ਦੇ ਤਾਈ। ਬਹੁ ਕਟਕੈ ਜਿਹੜੀਆਂ ਬਹੁਤੀਆਂ ਫੌਜਾਂ ਨੇ ਨਾ ਦੇਵਤਿਆਂ ਦੰਤਾਂ ਦੀਆਂ, ਉਹ ਆਪਸ ਵਿੱਚ ਇੱਦਾਂ ਛੱਟਦੀਆਂ ਪਈਆਂ ਨੇ ਇੱਕ ਦੂਜੇ ਨੂੰ ਜਿੱਦਾਂ ਚੌਲਾਂ ਦੀ ਫੱਕ ਛੱਟੀ ਦੀ ਹੈ, ਚੌਲਾਂ ਵਿੱਚੋਂ ਅੱਡ ਕਰਦੀ ਦੀ ਛੱਟ ਕੇ ਫੱਕ ਰਹਾਓ ਟਕਾਓ ਦੇ ਕੇ ਕਿਰਪਾ ਕਰਦੇ ਨੇ। ਪੱਟ ਮਾਰੇ ਸੂਰਮੇ ਮਾਰੇ ਗਏ ਦੋ ਅਖਾਰੇ, ਦੋਨਾਂ ਹੀ ਪਾਸਿਆਂ ਦੇ ਦੋਨਾਂ ਹੀ ਪਾਸਿਆਂ ਦੀਆਂ ਫੌਜਾਂ ਦੇ ਦੋ ਬਿਦਾਰੇ, ਦੋਨਾਂ ਹੀ ਪਾਸਿਆਂ ਦੇ ਸੂਰਮਿਆਂ ਦੇ ਬਿਦਾਰੇ ਮੈਨੇ ਦੋ ਦੋ ਟੁਕੜੇ ਹੋ ਗਏ। ਬਿਦਾਰੇ ਜਿੱਥੇ ਗਏ ਦੋਨਾਂ ਹੀ ਪਾਸਿਆਂ ਦੇ ਸੂਰਮੇ, ਦਲ ਉਜਾਰੇ ਦੋਨਾਂ ਹੀ ਪਾਸਿਆਂ ਦੇ ਦਲ ਉੱਜੜ ਗਏ ਨੇ। ਪੱਟ ਗਾੜੇ ਜਿਹੜੇ ਗਾੜੇ ਸੂਰਮੇ ਜੰਗ ਦੇ ਮੈਦਾਨ ਵਿੱਚ ਆਏ ਸਨ, ਹੱਠ ਵਾੜੇ ਬਹੁਤਾ ਬਹੁਤਾ ਹੱਠ ਕਰਨ ਵਾਲੇ ਜਿਹੜੇ ਸੂਰਮੇ ਆਏ ਸਨ, ਰਿਸ ਬਾੜੇ ਜਿਨ੍ਹਾਂ ਦੇ ਮਨ ਵਿੱਚ ਬਹੁਤਾ ਗੁੱਸਾ ਵਧਿਆ ਹੋਇਆ ਸੀ, ਲੈ ਖਾਂਡੇ ਜਿਹੜੇ ਖੰਡੇ ਆਪਣੇ ਹੱਥਾਂ ਵਿੱਚ ਲੈ ਕੇ ਆਏ ਸਨ, ਦੋ ਉਹ ਉੱਜੜ ਗਏ ਹਨ ਦਲ ਦੋਨਾਂ ਹੀ ਪਾਸਿਆਂ ਦੇ। ਦੋ ਵੀਰੰਗ ਦੋਨਾਂ ਹੀ ਪਾਸਿਆਂ ਦੇ ਵੀਰੰਗ ਸੂਰਮੇ, ਦੋ ਧੀਰੰਗ ਦੋਨਾਂ ਹੀ ਪਾਸਿਆਂ ਦੇ ਧੀਰੇ ਧਾਰੀ ਸੂਰਮੇ, ਦੋ ਚੀਰੰਗ ਹਾਂ ਦੋਨਾਂ ਹੀ ਪਾਸਿਆਂ ਦੇ ਐਸੇ ਸੂਰਮੇ ਚੀਰੇ ਗਏ ਨੇ ਜੰਗ ਦੇ ਮੈਦਾਨ ਵਿੱਚ ਕੱਟੇ ਵੱਢੇ ਗਏ ਨੇ।
ਦੋ ਬੀਰੰਗ ਇੱਦਾਂ ਦੋਨਾਂ ਹੀ ਪਾਸਿਆਂ ਦੇ ਬੀਰੰਗ ਬਹਾਦਰ ਸੂਰਮੇ ਵੀਰ ਗਤੀ ਨੂੰ ਪ੍ਰਾਪਤ ਹੋ ਗਏ ਨੇ, ਭਾਵ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਨੇ। ਛੁੱਟ ਤੀਰੰਗ ਜਦੋਂ ਤੀਰ ਛੁੱਟੇ ਜੰਗ ਦੇ ਮੈਦਾਨ ਵਿੱਚ ਤੇ ਕੋਈ ਵੀ ਜੰਗ ਦੇ ਮੈਦਾਨ ਦੇ ਵਿੱਚ ਅੜਿਆ ਨਹੀਂ, ਸਾਰੇ ਲਿਟ ਗਏ ਨੇ ਜੰਗ ਭੂਮੀ ਵਿੱਚ। ਸੰਮੀਰੰਗ ਤੀਰ ਕਿਹੜੇ ਹੌਲੀ ਚੱਲੇ ਸਨ, ਹਵਾ ਵਾਂਗ ਤੇਜ਼ ਚੱਲੇ ਸਨ। ਹਮੀਰੰਗ ਜਿਹੜੇ ਮੂਰਖ ਸਨ। ਦੰਤੀਰੰਗ ਦੰਦਾਂ ਵਾਲੇ ਰਾਕਸ਼। ਹੱਠ ਦੇਵੰਗ ਉਹ ਜੰਗ ਦੇ ਮੈਦਾਨ ਵਿੱਚ ਮਾਰੇ ਗਏ ਨੇ, ਤੇ ਜਿਹੜੇ ਹੱਠ ਵਾਲੇ ਦੇਵਤੇ ਸੀ ਉਹ ਕਿਹੜੇ ਜੀਂਦੇ ਰਹੇ, ਉਹ ਵੀ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ। ਸੰਮੀਰੰਗ ਹਮੀਰੰਗ ਇਹ ਚਾਲ ਦੇ ਨਾਲ ਅਧਕਾਂ ਲੱਗੀਆਂ ਨੇ ਸੱਸੇ ਦੇ ਹਾਹੇ ਦੇ ਉੱਪਰ। ਅਦੇਵੰਗ ਮਹਾਰਾਜ ਕਲਗੀਧਾਰ ਜੀ ਕਹਿੰਦੇ ਨੇ, ਅਦੇਵੰਗ ਦੈਂਤ ਜੱਗੇਵੰਗ ਮੈਨੇ ਜਿਹੜੇ ਯੁੱਧ ਰੂਪੀ ਜੱਗ ਦੇ ਵਿੱਚ ਏਵੰ ਕਹੀਏ ਨਿਸ਼ਚੇ ਕਰਕੇ ਆਏ ਨੇ। ਹੱਠ ਏਵੰ ਹਾਂ ਹੱਠ ਏਵੰ ਏਵੰ ਮੈਨੇ ਨਿਸ਼ਚੇ ਕਰਕੇ ਜਿਨ੍ਹਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਮਰਨ ਮਿਟਣ ਦਾ ਹੱਠ ਕੀਤਾ ਏ। ਪੁੱਤਰ ਏਵੰ ਹਾਂ ਜਿਹੜੇ ਪੁੱਤਰ ਹਨ। ਅਸਰੇਵੰ ਮੈਨੇ ਬੀਰਿਆਨਾਥ ਦੇ। ਲੱਛੇਵੰ ਹਾਂ ਲੱਛੇਵੰ ਮੈਨੇ ਲੱਖ। ਚਤੁਰੇਵੰ ਮੈਨੇ ਚਾਰ। ਉਹਨਾਂ ਦੀ ਗਿਣਤੀ ਦੱਸਦੇ ਨੇ ਜਿਹੜੇ ਯੁੱਧ ਰੂਪੀ ਜੱਗ ਦੇ ਵਿੱਚ ਨਿਸ਼ਚੇ ਕਰਕੇ ਹੱਠ ਕਰਕੇ ਆਏ ਨੇ ਮਰਨ ਮਿਟਣ ਦਾ, ਐਸੇ ਜਿਹੜੇ ਦੈਤ ਪੁੱਤਰ ਨੇ ਉਹਨਾਂ ਦੀ ਗਿਣਤੀ ਕਿੰਨੀ ਹੈ ਤਾਂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੱਸਦੇ ਨੇ, ਕਹਿੰਦੇ ਨੇ ਉਹਨਾਂ ਦੀ ਗਿਣਤੀ 400,000 ਹੈ। ਦੋ ਬਿੰਸੰਘ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਦੋ ਬਿੰਸੰਘ ਬਿੰਸੰਘ ਨਾਮ 20 ਦਾ ਏ, 2 × 20 ਨੂੰ ਜਮ੍ਹਾਂ ਕਰੀਏ ਤੇ 40 ਬਣ ਜਾਂਦਾ ਏ। ਸਹੰਸੰਘ ਸਹੰਸੰਘ ਨਾਮ 1,000 ਦਾ ਏ, 400,000 ਤੇ 40,000। ਇਹ ਗੁਰੂ ਖਾਲਸਾ ਜੀ ਬੀਰਿਆਨਾਥ ਦੇ ਪੁੱਤਰਾਂ ਦੀ ਗਿਣਤੀ ਹੈ। ਹੱਠ ਦੇਵੰ ਅਦੇਵੰ ਜੱਗੇਵੰ ਹੱਠੇਵੰ ਇੱਥੋਂ ਤਾਂ ਹੀ ਇੱਕ ਬੰਦ ਇਹ ਬੰਦ ਦੀ ਇੱਕ ਲਾਈਨ ਪੂਰੀ ਹੋਈ। ਪੁੱਤਰੇਵੰ ਅਸਰੇਵੰ ਲੱਛੇਵੰ ਚਤਰੇਵੰ ਇਹ ਚਵਾਂ ਦੀ ਇੱਕ ਲਾਈਨ ਬਣ ਗਈ ਹੈ। ਇਸ ਤਰੀਕੇ ਨਾਲ ਸਮਝਣਾ ਜੀ। ਪਟਿੰਸੰਘ ਇਹ ਬੜੇ ਮਹਾਨ ਸੂਰਮੇ ਨੇ। ਅਸੁਰਿੰਸੰਘ ਦੈਂਤ ਸੂਰਮਿਆਂ ਦੇ ਇੰਸੰਘ ਕਹੀਏ ਮਾਲਕ ਨੇ। ਦੈਂਤ ਸੂਰਮਿਆਂ ਦੇ ਵਿੱਚੋਂ ਭਾਰੀ ਬੀਰਿਆਨਾਥ ਦੇ ਪੁੱਤਰ ਸੂਰਮੇ ਹਨ। ਹੈ ਹਿੰਸੰਘ ਘੋੜਿਆਂ ਦੇ ਉੱਪਰ ਚੜੇ ਨੇ ਤੇ ਘੋੜੇ ਜੰਗ ਦੇ ਮੈਦਾਨ ਵਿੱਚ ਹਿਣਕਦੇ ਪਏ ਨੇ। ਗੈ ਚਿੰਸੰਘ ਜਿਹੜੇ ਗੈ ਹਾਥੀ ਉੱਪਰ ਚੜ੍ਹਦੇ ਨੇ ਉਸ ਹਾਥੀ ਦੀਆਂ ਚੀਕਾਂ ਕੱਢ ਦਿੰਦੇ ਨੇ। ਇਹਨੇ ਇਹਨੇ ਭਾਰੀ ਸਰੀਰ ਨੇ। ਜਿਹੜੇ ਹਾਥੀ ਦੇ ਉੱਪਰ ਚੜ੍ਹਦੇ ਨੇ ਉਹ ਹਾਥੀ ਜਿਹੜੇ ਘੋੜੇ ਦੇ ਉੱਪਰ ਚੜ੍ਹਦੇ ਨੇ ਉਹ ਘੋੜਾ ਹਿਣਕਣ ਲੱਗ ਪੈਂਦਾ ਏ। ਜਿਹੜੇ ਹਾਥੀ ਦੇ ਉੱਪਰ ਚੜ੍ਹਦੇ ਨੇ ਉਹ ਹਾਥੀ ਚੀਕਾਂ ਮਾਰਨ ਲੱਗ ਪੈਂਦਾ ਏ। ਰਦ ਪਿੰਸੰਘ ਹਾਂ ਦੰਦ ਪੀਂਦੇ ਨੇ ਜਿਹੜੇ ਹਾਥੀਆਂ ਦੇ ਉੱਪਰ ਚੜ੍ਹਦੇ ਨੇ। ਮਦ ਲਿੰਸੰਘ ਹਾਂ ਹਾਥੀਆਂ ਦੇ ਉੱਪਰ ਚੜ੍ਹ ਕੇ ਦੰਦ ਪੀਂਦੇ ਨੇ ਦੇਵਤਿਆਂ ਨੂੰ ਵੇਖ ਕਰਕੇ। ਮਦ ਲਿੰਸੰਘ ਐਸੇ ਹਾਥੀਆਂ ਦੇ ਉੱਪਰ ਚੜ੍ਹਦੇ ਨੇ ਜਿਨ੍ਹਾਂ ਹਾਥੀਆਂ ਦੇ ਗੰਢ ਸਥਲਾਂ ਵਿੱਚੋਂ ਮਦ ਅੰਮ੍ਰਿਤ ਲਿੰਸੰਘ ਚੁੰਦਾ ਏ। ਸਕਰੰਦਨ ਹਾਂ ਏਦਾਂ ਹੀ ਸਕਰੰਦਨ ਕਹੀਏ ਇੰਦਰ। ਰਿਪ ਕੰਦਨ ਹਾਂ ਉਹ ਵੀ ਵੈਰੀਆਂ ਨੂੰ ਕੰਦਨ ਮਾਰਨ ਵਾਸਤੇ ਤਿਆਰ ਬਰ ਤਿਆਰ ਹੈ। ਸੁਰ ਬੰਧਨ ਜੋ ਦੇਵਤਿਆਂ ਦੇ ਵਿੱਚੋਂ ਬੰਧਨ ਪੂਜਨੀਕ ਹੈ। ਭੱਟ ਬ੍ਰਿੰਦਨ ਉਹਦੇ ਨਾਲ ਵੀ ਬਹੁਤੇ ਸੂਰਮੇ ਨੇ। ਸਮ ਚੰਦਨ ਹਾਂ ਚੰਦਨ ਦੇ ਸਮਾਨ ਠੰਡੇ ਨੇ ਸਾਰੇ ਦੇਵਤੇ। ਦੁੱਤ ਇੰਦਨ ਇੰਦਨ ਚੰਦਰਮੇ ਵਰਗੀ ਦੁੱਤ ਸ਼ੁਭਾ ਏ, ਦੁੱਤ ਤੱਤੇ ਨੂੰ ਸਿਹਾਰੀ। ਖਲ ਦੁੰਦਨ ਹਾਂ ਖਲ ਦੰਤਾਂ ਦੇ ਤਾਈ ਦੁੰਦਨ ਮਾਰਨ ਵਾਲੇ ਨੇ ਸਾਰੇ ਦੇਵਤੇ। ਆਰ ਛੰਦਨ ਹਾਂ ਸਾਰੇ ਦੇਵਤੇ ਇੰਦਰ ਦੀਆਂ ਫੌਜਾਂ ਆਰ ਵੈਰੀਆਂ ਦੇ ਨਾਮ ਦੇ ਛੰਦਨ ਛਾਂਦੇ ਕੱਢਣ ਵਾਲੇ ਨੇ। ਜਿਵੇਂ ਵਿਆਹ ਦੇ ਸਮੇਂ ਦੇ ਵਿੱਚ ਬੂੰਦੀ ਦੇ ਛਾਂਦੇ ਕੱਢ ਕੇ ਤੇ ਭਾਜੀ ਪਾਈ ਜਾਂਦੀ ਹੈ, ਇੱਦਾਂ ਹੀ ਵੈਰੀਆਂ ਦੇ ਛਾਂਦੇ ਕੱਢ ਕੇ ਵੈਰੀਆਂ ਨੂੰ ਭਾਜੀ ਪਾਉਣ ਵਾਲੇ ਨੇ ਸਾਰੇ ਦੇਵਤੇ ਇੰਦਰ ਆਦਿਕ। ਚਵ ਲੱਛਣ 400,000 ਇਹਨਾਂ ਦੀ ਵੀ ਗਿਣਤੀ ਹੈ। ਹਵ ਗੱਛਣ ਜਿਹੜੇ ਹਵ ਜੰਗ ਦੇ ਮੈਦਾਨ ਨੂੰ ਗੱਛਣ ਗਏ ਨੇ ਦੇਵਤੇ ਇੰਦਰ ਪੁੱਤਰ ਹਾਹਾ ਵਾਹਵਾ ਹਵ ਇਹ ਪ੍ਰਾਣੀਆਂ ਬੀੜਾਂ ਵਿੱਚ ਛਾਪੇ ਦੀਆਂ ਦੋਨਾਂ ਬੀੜਾਂ ਵਿੱਚ
इस प्रकार पाठ आया है जी। प्राण रखन महाराज कलगीधर जी कहिंदे ने देवत्यां ने भी जंग दे मैदान नूं छड के भजना नहीं कीता, इन्हां ने भी प्राण रखना कीता है। रण मखन जो जंग दे मैदान नूं जांदिया इन्हां ने कीता सी, मखन कहिए जग दे समान जो जंग दा मैदान है उस नूं जांदिया समयां जिहड़ा इन्हां ने मरन मिटन दा प्रण कीता सी ਉਹ ਪ੍ਰਾਣ ਨੂੰ ਬਰਕਰਾਰ ਰੱਖਦੇ ਪਏ ਨੇ। ਰਿਪ ਭਖਣ ਵੈਰੀਆਂ ਨੂੰ ਭਖਦੇ ਪਏ ਨੇ। ਪਾਟ ਸਖਣ ਸਖਣ ਕਹੀਏ ਸਖਣੇ ਹੀ ਭਾਵ ਇਕੱਲੇ ਇਕੱਲੇ ਸੂਰਮੇ ਜੰਗ ਦੇ ਮੈਦਾਨ ਵਿੱਚ ਜਾਂਦੇ ਨੇ ਦੇਵਤੇ ਸੂਰਮੇ ਤੇ ਵੈਰੀਆਂ ਨੂੰ ਭੱਖੀ ਜਾਂਦੇ ਨੇ। ਸੁਰ ਪਖੰ ਜਿੰਨੇ ਵੀ ਦੇਵਤਿਆਂ ਦੇ ਪਖੰਗ ਨੇ ਉਹ ਦੰਤਾਂ ਦੇ ਨਾਲ ਭਲੀ ਨਹੀਂ ਗੁਜ਼ਾਰਦੇ ਪਏ। ਪਰਤਖੰ ਹਾਂ ਪ੍ਰਤੱਖ ਹੀ ਐਸਾ ਜੰਗ ਦਾ ਮੈਦਾਨ ਮਚਾਉਂਦੇ ਪਏ ਨੇ। ਅਮਰਟਾ ਅਮਰਟਾ ਜਿਹੜੇ ਦੇਵਤੇ ਨੇ ਉਹ ਇੱਕ ਪਾਸੇ ਖਲੋਤੇ ਨੇ। ਅਸੁਰਟਾ ਹਾਂ ਅਸੁਰ ਦੈਂਤ ਤੇ ਅੱਟਾ ਅੜ ਕਰਕੇ ਇੱਕ ਪਾਸੇ ਖਲੋਤੇ ਨੇ। ਅਮਰ ਦੇਵਤੇ ਅੱਟਾ ਅੜ ਕਰਕੇ ਇੱਕ ਪਾਸੇ ਖਲੋਤੇ ਨੇ। ਜਾਂ ਦੇਵਤੇ ਵੀ ਅੜੇ ਨੇ ਤੇ ਦੈਂਤ ਵੀ ਜੰਗ ਦੇ ਮੈਦਾਨ ਵਿੱਚ ਅੜੇ ਨੇ। ਕੋਈ ਵੀ ਗੁਰੂ ਖਾਲਸਾ ਜੀ ਢਿੱਲ ਨਹੀਂ ਕਰਦਾ ਪਿਆ ਜੰਗ ਦੇ ਮੈਦਾਨ ਵਿੱਚੋਂ। ਬਲ ਗੱਟਾ ਹਾਂ ਜਿਹੜੇ ਬਲ ਦੇ ਗੱਟੇ ਨੇ ਭਾਵ ਤੋੜੇ ਨੇ। ਹਾਂਜੀ ਬਹੁ ਜੱਟਾ ਹਾਂ ਉਹ ਸੂਰਮੇ ਬਹੁਤੇ ਜੁਟੇ ਹੋਏ ਨੇ ਆਪਸ ਵਿੱਚ। ਦੋ ਪੱਟਾ ਦੋਨਾਂ ਹੀ ਪਾਸਿਆਂ ਦੇ ਸੂਰਮੇ ਰਨ ਹੱਠਾ ਜੰਗ ਦੇ ਮੈਦਾਨ ਵਿੱਚ ਹੱਠ ਕਰਕੇ ਖਲੋਤੇ ਨੇ। ਬਹੁ ਪੱਟਾ ਕਈਆਂ ਨੇ ਬਹੁਤੇ ਪੱਟੇ ਧਾਰੇ ਹੋਏ ਨੇ। ਪੱਟਾ ਗੁਰੂ ਖਾਲਸਾ ਜੀ ਇੱਕ ਸ਼ਸਤਰ ਦਾ ਨਾਮ ਹੈ। ਇਹ ਸਿੱਧੀ ਕਾਤੀ ਵਰਗਾ ਗੁਰੂ ਖਾਲਸਾ ਜੀ ਹੁੰਦਾ ਏ, ਪਤਲਾ ਜਿਹਾ ਹੁੰਦਾ ਏ ਤੇ ਬੜਾ ਏ ਤਿੱਖਾ ਹੁੰਦਾ ਏ। ਜਿਨ੍ਹਾਂ ਨੇ ਬਹੁਤੇ ਪੱਟੇ ਧਾਰਨ ਕੀਤੇ ਨੇ ਜਾਂ ਜਿਨ੍ਹਾਂ ਨੇ ਬਹੁਤੇ ਪੱਟੇ ਕੀਤੇ ਹੋਏ ਹਨ ਸਿਰਾਂ ਦੇ ਉੱਪਰ, ਬਹੁ ਰੱਠਾ ਜਿਹੜੇ ਬਹੁਤੇ ਰਠੌਰ ਰਾਜੇ ਹਨ। ਰੱਠਾ ਨਾਮ ਰਾਜਿਆਂ ਦਾ ਏ, ਜਿਹੜੇ ਮਨੁੱਖੀ ਰਾਜੇ ਜਿਨ੍ਹਾਂ ਨੇ ਬਹੁਤੇ ਪੱਟੇ ਧਾਰਨ ਕੀਤੇ ਹੋਏ ਨੇ। ਸਤ ਉਹ ਜੰਗ ਦੇ ਮੈਦਾਨ ਵਿੱਚ ਅੜੇ ਹੋਏ ਨੇ। ਸਤ ਬਰਖੰ ਮਹਾਰਾਜ ਕਲਗੀਧਰ ਜੀ ਕਹਿੰਦੇ ਸੱਤ ਸਾਲ ਇੱਦਾਂ ਜੰਗ ਹੁੰਦਾ ਰਿਹਾ। ਧਨ ਕਰਖੰ ਹਾਂ ਸੂਰਮਿਆਂ ਨੇ ਧਨ ਧਨਖਾਂ ਦੀ ਤੰਦੀ ਖਿੱਚ ਛੱਡੀ। ਕਰਖੰਗ ਮੈਨੇ ਖਿੱਚ ਛੱਡੀ ਭਾਵ ਲੜਦੇ ਰਹੇ ਤੀਰ ਵਰਸਾਉਂਦੇ ਰਹੇ। ਸਰ ਬਰਖੰ ਤੀਰ ਵਰਖਦੇ ਰਹੇ। ਪਟ ਸਰਖੰ ਸਰਖੰ ਬਹੁਤੇ ਪਟ ਸੂਰਮੇ ਲੜਦੇ ਰਹੇ। ਰਨ ਪਰਖੰ ਜੰਗ ਦੇ ਮੈਦਾਨ ਵਿੱਚ ਇੱਕ ਦੂਜੇ ਨੂੰ ਪਰਖਦੇ ਰਹੇ। ਸਰ ਬਰਖੰ ਬਰਖੰ ਇਕੱਠਾ ਹੀ ਹੈ ਜੀ। ਦੋ ਹਰਖੰ ਦੋਨੇ ਹੀ ਪਾਸਿਆਂ ਦੇ ਸੂਰਮੇ ਖੁਸ਼ ਹੁੰਦੇ ਰਹੇ। ਇੱਥੇ ਗੁਰੂ ਖਾਲਸਾ ਜੀ ਦੱਦੇ ਨੂੰ ਹੋੜਾ ਲੱਗਾ ਏ ਗਿਆਨੀ ਚੰਦਾ ਸਿੰਘ ਜੀ ਦੀ ਭੀੜ ਵਿੱਚ। ਗਿਰ ਬਰਖੰ ਗਿਰ ਪਹਾੜ ਜੰਗ ਦੇ ਮੈਦਾਨ ਵਿੱਚ ਬਰਖਦੇ ਰਹੇ। ਪ੍ਰਭ ਨਿਰਖੰ ਪ੍ਰਭ ਸਰਬਲੋ ਜੀ ਜੰਗ ਦਾ ਮੈਦਾਨ ਦੇਖਦੇ ਰਹੇ। ਰਨ ਰੁੱਝੇ ਹਾਂ ਜੰਗ ਦੇ ਮੈਦਾਨ ਦੇ ਵਿੱਚ ਦੋਨਾਂ ਹੀ ਪਾਸਿਆਂ ਦੇ ਸੂਰਮੇ ਰੁੱਝੇ ਰਹੇ। ਦੋ ਲੁੱਝੇ ਦੋਨਾਂ ਹੀ ਪਾਸਿਆਂ ਦੇ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਉਲਝੇ ਰਹੇ। ਦੋਨਾਂ ਹੀ ਪਾਸਿਆਂ ਦੇ ਸੂਰਮੇ ਜੰਗ ਦੇ ਮੈਦਾਨ ਵਿੱਚ ਲੁੱਝੇ ਲੜਦੇ ਰਹੇ ਸੱਤ ਸਾਲ। ਬਹੁ ਦੱਜੇ ਬਹੁਤੇ ਸੂਰਮੇ ਸੜ ਗਏ ਤੋਪਾਂ ਦੀ ਅੱਗ ਦੇ ਨਾਲ। ਬਹੁ ਸਿੱਜੇ ਬਹੁਤੇ ਸੂਰਮੇ ਸਮਝ ਗਏ ਜੰਗ ਦੇ ਮੈਦਾਨ ਦੇ ਕਰਤੱਬ ਤੇ ਜੰਗੀ ਹਥਿਆਰਾਂ ਦੇ ਨਾਲ ਮਾਰ ਮਚਾਉਂਦੇ ਰਹੇ। ਜਾਂ ਬਹੁਤੇ ਸੂਰਮੇ ਜੰਗ ਦੇ ਮੈਦਾਨ ਵਿੱਚ ਸਿੱਜੇ ਮਾਤ ਲੋਕ ਤੋਂ ਸੱਚਖੰਡ ਨੂੰ ਜਾਣ ਦਾ ਮਾਰਗ ਸਮਝ ਗਏ ਭਾਵ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ। ਬਹੁ ਖਿੱਜੇ ਬਹੁਤੇ ਸੂਰਮੇ ਖਿੱਚ ਗਏ। ਰਤ ਭਿੱਜੇ ਬਹੁਤੇ ਸੂਰਮਿਆਂ ਦੇ ਕੱਪੜੇ ਖੂਨ ਦੇ ਨਾਲ ਭਿੱਜੇ ਹੋਏ ਨੇ। ਸਭ ਜੁਝੇ ਸਾਰੇ ਸੂਰਮੇ ਜੁਝ ਗਏ ਨੇ। ਨਿਸਚਾਰਾ ਹਾਂ ਨਿਸਚਾਰਾ ਦੈਂਤ ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਲੜਦੇ ਰਹੇ। ਜੋ ਇਹ ਕਾਲੀ ਰਾਤ ਵਰਗਾ ਸੰਸਾਰ ਹੈ ਇਸ ਤੋਂ ਤਰਨ ਦਾ ਸੂਰਮਿਆਂ ਨੇ ਇੱਦਾਂ ਚਾਰਾ ਕੀਤਾ। ਜੰਗ ਦੇ ਮੈਦਾਨ ਵਿੱਚ ਲੜ ਕੇ ਸ਼ਹੀਦ ਹੋਏ ਤੇ ਨਿਸ ਕਾਲੀ ਰਾਤ ਵਰਗੇ ਅਗਿਆਨਤਾ ਦੀ ਰਾਤ ਵਾਲੇ ਸੰਸਾਰ ਤੋਂ ਤਰ ਗਏ ਐਸਾ ਚਾਰਾ ਕਰਕੇ। ਬਹਿਰ ਤਵੀਲ ਬਰਹੀ ਇੱਕ ਹਾਂ ਇਹ ਗੁਰੂ ਖਾਲਸਾ ਜੀ
ਇਹ ਲੰਮੀਆਂ ਲੰਮੀਆਂ ਤੁਗਾਂ ਆਈਆਂ ਨੇ ਲੰਮੇ ਬਹਿਰ ਵਾਲੀਆਂ ਬਾਰਾਂ ਬੰਦ ਆਏ ਨੇ ਅਤੇ ਬਰ ਹੀ ਇੱਕ ਬਾਰਾਂ ਬੰਦਾਂ ਦਾ ਇੱਕ ਛੰਦ ਗੁਰੂ ਖਾਲਸਾ ਜੀ ਪੂਰਾ ਕਲਗੀ ਧਾਰਨੇ ਕੀਤਾ ਏ ਜੀ। ਇਤ ਬੀਰਜ ਨਾਦ ਸੁਵਨ ਚਤੁਰ ਲਸ਼ ਚਾਲੀ ਸਹੰਸਰ ਸੈਨਾ ਸਹਿਤ ਜੁਜਤ ਭਏ। ਹਾਂਜੀ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਬੀਰਜ ਨਾਦ ਦੇ ਚਾਰ ਲੱਖ ਤੇ ਚਾਲੀ ਹਜ਼ਾਰ ਸੁਵਨ ਮਹਿਣੇ ਪੁੱਤਰ ਸੈਨਾ ਦੇ ਸਮੇਤ ਜੰਗ ਦੇ ਮੈਦਾਨ ਦੇ ਵਿੱਚ ਜੂਝਤ ਭਏ, ਜੂਝਦੇ ਹੋਏ ਸ਼ਹੀਦ ਹੋਏ ਹਨ। ਇਹ ਪ੍ਰਸੰਗ ਇਤ ਸੰਪੂਰਨ ਹੋਇਆ ਹੈ। ਇਤ ਸਰਬਲੋ ਸੈਨ ਸਕਰ ਸੁਵਨ, ਇਧਰਲੇ ਪਾਸੇ ਸ਼੍ਰੀ ਸਰਬਲੋ ਭਗਵਾਨ ਦੀ ਸੈਨਾ ਅਤੇ ਇੰਦਰ ਦੇ ਪੁੱਤਰ ਇਹਨਾਂ ਦੰਤਾਂ ਦੇ ਨਾਲ ਲੜੇ ਨੇ ਅਤੇ ਬੀਰਿਆਨਾਥ ਦੇ ਚਾਰ ਲੱਖ ਅਤੇ ਚਾਲੀ ਹਜ਼ਾਰ ਪੁੱਤਰ ਮਾਰੇ ਨੇ। ਸੰਗਰਾਮ ਸੰਪੂਰਨ, ਇਹ ਸੰਗਰਾਮ ਜੋ ਯੁੱਧ ਦੀ ਕਥਾ ਹੈ ਇਹ ਸੰਪੂਰਨ ਪੂਰੀ ਹੋਈ ਹੈ। ਸੁਭ ਮਸਤ ਮਸਤ ਗੁਰੂ ਖਾਲਸਾ ਜੀ ਤੱਤੇ ਦੇ ਔਂਕੜ ਹੈ। ਸੁਭਮ ਅਸਤੂ ਜਿਹੜਾ ਮਹਾਰਾਜ ਕਲਗੀਧਰ ਜੀ ਕਹਿੰਦੇ ਇਹਨੂੰ ਪੜ੍ਹੇ ਉਹਦਾ ਸੁਭਮ ਭਲਾ ਅਸਤੂ ਮੈਨੇ ਹੋਵੇ, ਸੁਭੰਗ ਚੰਗਾ ਚੰਗਾ ਵੀਰ ਭਾਈ। ਅੱਗੇ ਹੋਰ ਕਥਾ ਤੁਹਾਨੂੰ ਕਹਿੰਦੇ ਹਾਂ। ਇਸ ਤਰੀਕੇ ਨਾਲ ਮਹਾਰਾਜ ਨੇ ਇਹ ਅੰਤਕਾ ਲਿਖੀ ਹੈ। ਸੋ ਸੁਭੰਗ ਦਾ ਅਰਥ ਹੈ ਚੰਗਾ। ਜਿੱਦਾਂ ਗੁਰੂ ਖਾਲਸਾ ਜੀ ਦੋ ਬੰਦੇ ਗੱਲਾਂ ਕਰਦੇ ਜਾਣ ਲੱਗਿਆਂ ਕਹਿ ਦਿੰਦੇ ਚੰਗਾ ਫਿਰ, ਇੱਦਾਂ ਮਹਾਰਾਜ ਕਲਗੀਧਰ ਜੀ ਵਰਦਾਨ ਦਿੰਦੇ ਨੇ ਅਖੀਰ 'ਤੇ ਸੁਭਮ ਅਸਤੂ, ਜਿਹੜਾ ਇਹਨੂੰ ਪੜ੍ਹੇ ਉਹਦਾ ਸੁਭਮ ਭਲਾ ਅਸਤੂ ਮੈਨੇ ਹੋਵੇ। ਪਿੱਛੋਂ ਮਹਾਰਾਜ ਕਹਿੰਦੇ ਸੁਭੰਗ ਚੰਗਾ ਫਿਰ ਖਾਲਸਾ ਜੀ, ਇੱਦਾਂ ਕਹਿ ਕਰਕੇ ਇਹ ਪ੍ਰਸੰਗ ਨੂੰ ਫਤਿਹ ਕਰਦੇ ਪਏ ਨੇ। ਰਨ ਰੁੱਝੇ ਦੋ ਲੁੱਝੇ, ਬਹੁ ਦੱਜੇ ਬਹੁ ਸਿੱਜੇ ਬਹੁ ਖਿੱਜੇ, ਰਤ ਭਿੱਜੇ ਸਭ ਜੁੱਝੇ ਨਿਸਚਾਰਾ, ਬਹਿਰ ਤਵੀਲ ਬਰਹੀ ਇੱਕ ਇਤ ਬੀਰਜ ਨਾਦ ਸੁਵਨ ਚਤੁਰ ਲਸ਼ ਚਾਲੀ ਸਹੰਸਰ ਸੈਨਾ ਸਹਿਤ ਜੂਝਤ ਭਏ। ਸ਼੍ਰੀ ਸਰਬਲੋਹ ਸੈਨ ਸਕਰ ਸੁਵਨ, ਸੰਗਰਾਮ ਸੰਪੂਰਨ ਸੁਭ ਮਸਤ ਸੁਭੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।